ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ, ਆਪਣੀ ਲਾਈਫ ਇੰਜੋਏ ਕਰ ਰਹੇ ਹੋਵੋਗੇ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਕੈਨੇਡਾ ਵਿੱਚ ਆ ਕੇ ਘੱਟ ਤੋਂ ਘੱਟ ਕਿੰਨੇ ਪੈਸੇ ਕਮਾ ਸਕਦੇ ਹੋ। ਕੈਨੇਡਾ ਦਾ ਮਿਨੀਮਮ ਵੇਜ ਕਿੰਨਾ ਵਾ, ਇਹਦਾ ਇੱਕ ਆਂਸਰ ਨਹੀਂ ਗਾ ਕਿਉਂਕਿ ਹਰੇਕ ਪ੍ਰੋਵਿੰਸ ਦਾ ਮਿਨੀਮਮ ਵੇਜ ਅਲੱਗ ਅਲੱਗ ਆ। ਇਸ ਲਈ ਅੱਜ ਦੇ ਵੀਡੀਓ ਵਿੱਚ ਆਪਾਂ 6 ਪ੍ਰੋਵਿੰਸਿਸ ਨੂੰ ਕੰਪੇਅਰ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਤੁਹਾਨੂੰ ਕਿਹੜੀ ਪ੍ਰੋਵਿੰਸ ਵਿੱਚ ਵੱਧ ਪੈਸੇ ਮਿਲਣਗੇ ਅਤੇ ਕਿਹੜੀ ਪ੍ਰੋਵਿੰਸ ਵਿੱਚ ਤੁਹਾਨੂੰ ਘੱਟ ਪੈਸੇ ਮਿਲਣਗੇ। ਆਹ ਵੀਡੀਓ ਤੁਸੀਂ ਪੂਰੀ ਐਂਡ ਤੱਕ ਦੇਖਿਓ ਜਿਸ ਕਰਕੇ ਤੁਸੀਂ ਕੋਈ ਵੀ ਯੂਸਫੁਲ ਇਨਫੋਰਮੇਸ਼ਨ ਮਿਸ ਨਾ ਕਰ ਸਕੋ। ਆਪਾਂ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਸਕੈਚਵਨ ਬਾਰੇ। ਸਸਕੈਚਵਨ ਦਾ ਮਿਨੀਮਮ ਵੇਜ ਇਸ ਟਾਈਮ $10.96 ਆ, ਪਰ ਆਉਣ ਵਾਲੀ 1 ਅਕਤੂਬਰ 2018 ਤੋਂ ਮਿਨੀਮਮ ਵੇਜ 10 ਸੈਂਟ ਵੱਧ ਕੇ $11.06 ਹੋ ਜੂਗਾ। ਇਸ ਲਈ ਇਹਦੀ ਜਿਹੜੀ ਕੈਲਕੂਲੇਸ਼ਨ ਆ ਉਹ ਵੀ ਆਪਾਂ ਵਧੇ ਹੋਏ ਰੇਟ ਨਾਲ ਕਰਾਂਗੇ, ਜਿਹੜੀ ਕਿ ਹੈਗਾ $11.06, ਕਿਉਂਕਿ ਹੁਣ ਅਗਸਤ ਚੱਲ ਰਿਹਾ ਵਾ, ਅਕਤੂਬਰ ਵਿੱਚ ਜ਼ਿਆਦਾ ਟਾਈਮ ਨਹੀਂ ਰਿਹਾ ਹੈਗਾ। ਐਜ਼ ਏ ਸਟੂਡੈਂਟ ਤੁਸੀਂ ਕੈਨੇਡਾ ਵਿੱਚ ਇੱਕ ਹਫ਼ਤੇ ਵਿੱਚ 20 ਘੰਟੇ ਕੰਮ ਕਰ ਸਕਦੇ ਹੋ। ਜੇ ਤੁਸੀਂ ਸਸਕੈਚਵਨ ਵਿੱਚ ਜਾ ਕੇ 20 ਘੰਟੇ ਕੰਮ ਕਰਦੇ ਹੋ ਤਾਂ ਤੁਹਾਡਾ ਜਿਹੜਾ ਪੇ ਰੇਟ ਆ ਉਹ ਮਿਨੀਮਮ ਆ $11.06, ਤਾਂ ਤੁਹਾਨੂੰ ਇੱਕ ਹਫ਼ਤੇ ਵਿੱਚ $221.20 ਮਿਲਣਗੇ। ਜੇ ਆਪਾਂ ਮਹੀਨੇ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਮਹੀਨੇ ਵਿੱਚ $884.80 ਤੱਕ ਕਮਾ ਸਕਦੇ ਹੋ। ਜੇ ਆਪਾਂ ਇਹਨੂੰ ਇੰਡੀਅਨ ਰੁਪਿਆਂ ਵਿੱਚ ਕਨਵਰਟ ਕਰੀਏ ਤਾਂ ਤੁਸੀਂ ਇੱਕ ਮਹੀਨੇ ਵਿੱਚ ਰੁਪਏ ਤੱਕ ਕਮਾ ਸਕਦੇ ਹੋ ਜੇ ਆਪਾਂ ਇਹਨੂੰ 52 ਨਾਲ ਗੁਣਾ ਕਰੀਏ, ਕਿਉਂਕਿ ਇਸ ਸਮੇਂ $1 ਪਿੱਛੇ 52 ਦਾ ਰੇਟ ਚੱਲ ਰਿਹਾ ਵਾ। ਆਪਾਂ ਗੱਲ ਕਰਦੇ ਹਾਂ ਮੈਨੀਟੋਬਾ ਦੀ। ਮੈਨੀਟੋਬਾ ਦਾ ਮਿਨੀਮਮ ਵੇਜ ਇਸ ਸਮੇਂ $11.15 ਆ, ਪਰ ਆਉਣ ਵਾਲੀ 1 ਅਕਤੂਬਰ 2018 ਤੋਂ ਮਿਨੀਮਮ ਵੇਜ ਵੱਧ ਕੇ $11.35 ਹੋ ਜੂਗਾ। ਮੈਨੀਟੋਬਾ ਦੀ ਵੀ ਕੈਲਕੂਲੇਸ਼ਨ ਆਪਾਂ $11.35 ਦੇ ਹਿਸਾਬ ਨਾਲ ਕਰਾਂਗੇ, ਕਿਉਂਕਿ ਅਕਤੂਬਰ ਵਿੱਚ ਹੁਣ ਇੰਨਾ ਟਾਈਮ ਨਹੀਂ ਰਿਹਾ ਹੈਗਾ। ਜੇ ਤੁਸੀਂ ਮੈਨੀਟੋਬਾ ਵਿੱਚ ਆ ਕੇ ਇੱਕ ਹਫ਼ਤੇ ਵਿੱਚ 20 ਘੰਟੇ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਹਫ਼ਤੇ ਦੇ $227 ਮਿਲਣਗੇ। ਅਤੇ ਇੱਥੇ ਆ ਕੇ ਇੱਕ ਮਹੀਨਾ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਮਹੀਨੇ ਦੇ $908 ਤੱਕ ਮਿਲਣਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿਊਬੈਕ ਦੀ। ਕਿਊਬੈਕ ਦਾ ਮਿਨੀਮਮ ਵੇਜ 1 ਮਈ 2018 ਤੋਂ $12 ਹੋ ਚੁੱਕਿਆ ਵਾ। ਇਹ ਤੋਂ ਪਹਿਲਾਂ ਇਹਦਾ ਮਿਨੀਮਮ ਵੇਜ $11.25 ਸੀਗਾ, ਪਰ ਹੁਣ ਕਿਊਬੈਕ ਦਾ ਮਿਨੀਮਮ ਵੇਜ $12 ਹੋ ਚੁੱਕਿਆ ਵਾ। ਹੁਣ ਜੇ ਤੁਸੀਂ ਕਿਊਬੈਕ ਵਿੱਚ ਆ ਕੇ ਇੱਕ ਹਫ਼ਤੇ ਵਿੱਚ 20 ਘੰਟੇ ਕੰਮ ਕਰਦੇ ਹੋ ਤਾਂ $12 ਦੇ ਹਿਸਾਬ ਨਾਲ ਤੁਹਾਨੂੰ $240 ਮਿਲਣਗੇ ਇੱਕ ਹਫ਼ਤੇ ਦੇ। ਜੇ ਤੁਸੀਂ ਕਿਊਬੈਕ ਵਿੱਚ 1 ਮਹੀਨਾ ਕੰਮ ਕਰਦੇ ਹੋ ਤਾਂ ਤੁਸੀਂ $960 ਤੱਕ ਕਮਾ ਸਕਦੇ ਹੋ। ਹੁਣ ਜੇ ਆਪਾਂ ਇਹਨੂੰ ਇੰਡੀਅਨ ਕਰੰਸੀ ਵਿੱਚ ਕਨਵਰਟ ਕਰੀਏ ਤਾਂ ਤੁਸੀਂ 1 ਮਹੀਨੇ ਵਿੱਚ 49,920 ਰੁਪਏ ਤੱਕ ਕਮਾ ਸਕਦੇ ਹੋ ਕਿਊਬੈਕ ਵਿੱਚ ਜਾ ਕੇ। ਆਪਾਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ। ਬ੍ਰਿਟਿਸ਼ ਕੋਲੰਬੀਆ ਦਾ ਮਿਨੀਮਮ ਵੇਜ ਇਸ ਟਾਈਮ $12.65 ਆ, 2019 ਵਿੱਚ $13.85 ਹੋ ਜੂਗਾ, 2020 ਵਿੱਚ $14.60 ਹੋ ਜੂਗਾ ਅਤੇ 2021 ਵਿੱਚ $15.20 ਹੋ ਜੂਗਾ। ਪਰ 2021 ਆਉਣ ਵਿੱਚ ਹਜੇ 300 ਰੁਪਏ ਆ, ਤਾਂ ਕਰਕੇ ਆਪਾਂ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਕੈਲਕੂਲੇਸ਼ਨ ਆ ਉਹ ਕਿਹੜਾ ਇਹਦਾ ਹੁਣ ਦਾ ਮਿਨੀਮਮ ਵੇਜ ਆ ਉਸ ਹਿਸਾਬ ਨਾਲ ਹੀ ਕਰਾਂਗੇ, ਜਿਹੜਾ ਕਿ ਹੈਗਾ ਵਾ $12.65। ਬ੍ਰਿਟਿਸ਼ ਕੋਲੰਬੀਆ ਵਿੱਚ ਤੁਸੀਂ ਇੱਕ ਹਫ਼ਤੇ ਵਿੱਚ 20 ਘੰਟੇ ਕੰਮ ਕਰਕੇ $253 ਤੱਕ ਕਮਾ ਸਕਦੇ ਹੋ, 1 ਮਹੀਨੇ ਵਿੱਚ 80 ਘੰਟੇ ਕੰਮ ਕਰਕੇ $1,012 ਤੱਕ। ਜੇ ਆਪਾਂ ਬ੍ਰਿਟਿਸ਼ ਕੋਲੰਬੀਆ ਨੂੰ ਸਸਕੈਚਵਨ ਨਾਲ ਕੰਪੇਅਰ ਕਰੀਏ ਤਾਂ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ 6,000 ਰੁਪਏ ਮਹੀਨੇ ਦੇ ਵੱਧ ਕਮਾ ਸਕਦੇ ਹੋ ਸਸਕੈਚਵਨ ਦੇ ਮੁਕਾਬਲੇ, ਕਿਉਂਕਿ ਸਸਕੈਚਵਨ ਵਿੱਚ ਤੁਸੀਂ ਐਜ਼ ਏ ਸਟੂਡੈਂਟ 46,000 ਰੁਪਏ ਤੱਕ ਕਮਾ ਸਕਦੇ ਹੋ, ਲੇਕਿਨ ਬ੍ਰਿਟਿਸ਼ ਕੋਲੰਬੀਆ ਵਿੱਚ ਤੁਸੀਂ ਐਜ਼ ਏ ਸਟੂਡੈਂਟ 52,000 ਰੁਪਏ ਤੱਕ ਕਮਾ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਐਲਬਰਟਾ ਦੀ। ਐਲਬਰਟਾ ਦਾ ਮਿਨੀਮਮ ਵੇਜ ਇਸ ਟਾਈਮ $13.60 ਆ, ਪਰ ਆਉਣ ਵਾਲੀ 1 ਅਕਤੂਬਰ 2018 ਨੂੰ ਮਿਨੀਮਮ ਵੇਜ ਵੱਧ ਕੇ $15 ਹੋ ਜੂਗਾ। ਓਨਟੈਰੀਓ ਵਿੱਚ ਮਿਨੀਮਮ ਵੇਜ ਇਸ ਸਮੇਂ $14 ਆ, ਲੇਕਿਨ 1 ਜਨਵਰੀ 2019 ਤੋਂ ਮਿਨੀਮਮ ਵੇਜ ਵੱਧ ਕੇ $15 ਹੋ ਜੂਗਾ। ਇਸ ਲਈ ਆਪਾਂ ਐਲਬਰਟਾ ਅਤੇ ਓਨਟੈਰੀਓ ਦਾ ਕਿਹੜਾ ਕੈਲਕੂਲੇਸ਼ਨ ਆ ਉਹ ਇੱਕ ਸਾਥ ਹੀ ਕਰਾਂਗੇ, ਕਿਉਂਕਿ ਅਕਤੂਬਰ ਅਤੇ ਜਨਵਰੀ ਵਿੱਚ ਹੁਣ ਜ਼ਿਆਦਾ ਟਾਈਮ ਨਹੀਂ ਰਿਹਾ ਹੈਗਾ, ਤਾਂ ਕਰਕੇ ਆਪਾਂ ਕਿਹੜੀ ਇਹਨਾਂ ਦੋਨਾਂ ਦੀ ਕੈਲਕੂਲੇਸ਼ਨ ਆ ਉਹ ਵਧੇ ਹੋਏ ਰੇਟ ਨਾਲ ਹੀ ਕਰਾਂਗੇ, ਜਿਹੜਾ ਕਿ ਹੈਗਾ $15। ਜੇ ਤੁਸੀਂ ਐਲਬਰਟਾ ਅਤੇ ਓਨਟੈਰੀਓ ਵਿੱਚ ਜਾ ਕੇ $15 ਘੰਟੇ 'ਤੇ ਕੰਮ ਕਰਦੇ ਹੋ, ਇੱਕ ਹਫ਼ਤੇ ਵਿੱਚ 20 ਘੰਟੇ ਕੰਮ ਕਰਦੇ ਹੋ, ਤਾਂ ਤੁਸੀਂ ਇੱਕ ਹਫ਼ਤੇ ਵਿੱਚ $300 ਤੱਕ ਕਮਾ ਸਕਦੇ ਹੋ ਅਤੇ 1 ਮਹੀਨੇ ਵਿੱਚ $1,200 ਤੱਕ। ਹੁਣ ਜੇ ਆਪਾਂ ਇਹਨੂੰ ਇੰਡੀਅਨ ਰੁਪਿਆਂ ਵਿੱਚ ਕਨਵਰਟ ਕਰੀਏ ਤਾਂ ਤੁਸੀਂ 1 ਮਹੀਨੇ ਵਿੱਚ 62,400 ਰੁਪਏ ਤੱਕ ਕਮਾ ਸਕਦੇ ਹੋ ਐਲਬਰਟਾ ਅਤੇ ਓਨਟੈਰੀਓ ਵਿੱਚ। ਜੇ ਆਪਾਂ ਐਲਬਰਟਾ ਅਤੇ ਓਨਟੈਰੀਓ ਨੂੰ ਸਸਕੈਚਵਨ ਨਾਲ ਕੰਪੇਅਰ ਕਰੀਏ ਤਾਂ ਤੁਸੀਂ 16,000 ਰੁਪਏ ਵੱਧ ਕਮਾ ਸਕਦੇ ਹੋ ਸਸਕੈਚਵਨ ਦੇ ਮੁਕਾਬਲੇ ਓਨਟੈਰੀਓ ਅਤੇ ਐਲਬਰਟਾ ਵਿੱਚ, ਕਿਉਂਕਿ ਤੁਹਾਨੂੰ ਐਲਬਰਟਾ ਅਤੇ ਓਨਟੈਰੀਓ ਵਿੱਚ $315 ਵੱਧ ਮਿਲਣਗੇ ਸਸਕੈਚਵਨ ਦੇ ਮੁਕਾਬਲੇ। ਜੇ ਆਪਾਂ ਐਲਬਰਟਾ ਅਤੇ ਓਨਟੈਰੀਓ ਨੂੰ ਬ੍ਰਿਟਿਸ਼ ਕੋਲੰਬੀਆ ਨਾਲ ਕੰਪੇਅਰ ਕਰੀਏ ਤਾਂ ਤੁਸੀਂ ਐਲਬਰਟਾ ਅਤੇ ਓਨਟੈਰੀਓ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਮੁਕਾਬਲੇ 10,000 ਰੁਪਏ ਵੱਧ ਕਮਾ ਸਕਦੇ ਹੋ। ਹੁਣ ਤੁਹਾਨੂੰ ਆਹ ਵੀਡੀਓ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਵਾ ਕਿ ਤੁਹਾਨੂੰ ਕਿਹੜੀ ਪ੍ਰੋਵਿੰਸ ਵਿੱਚ ਜ਼ਿਆਦਾ ਪੈਸੇ ਮਿਲਣਗੇ ਅਤੇ ਕਿਹੜੀ ਪ੍ਰੋਵਿੰਸ ਵਿੱਚ ਘੱਟ ਪੈਸੇ ਮਿਲਣਗੇ। ਆਪਾਂ ਇਹਨਾਂ 6 ਪ੍ਰੋਵਿੰਸ ਦਾ ਕੰਪੈਰੀਜ਼ਨ ਕੀਤਾ ਵਾ, ਕਿਉਂਕਿ ਇਹਨਾਂ ਪ੍ਰੋਵਿੰਸ ਵਿੱਚ ਹੀ ਜ਼ਿਆਦਾ ਤਕੜੇ ਆਪਣੇ ਪੰਜਾਬ ਤੋਂ ਜਾਂ ਇੰਡੀਆ ਤੋਂ ਸਟੂਡੈਂਟ ਆਉਂਦੇ ਆ। ਅੱਜ ਦੇ ਵੀਡੀਓ ਵਿੱਚ ਆਪਾਂ ਸਾਰੀ ਕੈਲਕੂਲੇਸ਼ਨ ਮਿਨੀਮਮ ਵੇਜ ਦੇ ਹਿਸਾਬ ਨਾਲ ਕੀਤੀ ਆ। ਤੁਹਾਨੂੰ ਮਿਨੀਮਮ ਵੇਜ ਤੋਂ ਵੱਧ ਪੈਸੇ ਵੀ ਮਿਲ ਸਕਦੇ ਆ, ਲੇਕਿਨ ਆਪਾਂ ਜਿਹੜੀ ਕੈਲਕੂਲੇਸ਼ਨ ਆ ਉਹ ਮਿਨੀਮਮ ਵੇਜ ਦੇ ਹਿਸਾਬ ਨਾਲ ਕੀਤੀ ਆ, ਤਾਂ ਹੀ ਤੁਹਾਨੂੰ ਆਪਾਂ ਦੱਸ ਸਕੀਏ ਕਿ ਤੁਹਾਨੂੰ ਇੱਥੇ ਆ ਕੇ ਘੱਟੋ ਘੱਟ ਕਿੰਨੇ ਪੈਸੇ ਮਿਲਣਗੇ। ਬਾਕੀ ਇਹਨਾਂ ਉੱਤੇ ਟੈਕਸ ਵੀ ਲੱਗਦਾ ਵਾ, ਜਿੰਨੀ ਤੁਹਾਡੀ ਇਨਕਮ ਜ਼ਿਆਦਾ ਹੁੰਦੀ ਆ ਉਨੇ ਤੁਹਾਡੇ 'ਤੇ ਟੈਕਸ ਵੀ ਲੱਗਦਾ ਵਾ, ਲੇਕਿਨ ਸਟੂਡੈਂਟ ਦਾ ਟੈਕਸ ਅਰਾਊਂਡ 10-15% ਹੀ ਹੁੰਦਾ ਵਾ,
ਇਹ ਤੋਂ ਜ਼ਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਵਾ, ਲੇਕਿਨ ਅਰਾਊਂਡ 10 ਤੋਂ 15% ਹੁੰਦਾ ਵਾ। ਤਾਂ ਤੁਸੀਂ 10 ਤੋਂ 15% ਘਟਾ ਕੇ ਦੇਖ ਸਕਦੇ ਹੋ ਅਤੇ ਆਪਣੇ ਹਿਸਾਬ ਲਾ ਸਕਦੇ ਹੋ ਕਿ ਮੈਨੂੰ ਆਹ ਪ੍ਰੋਵਿੰਸ ਵਿੱਚ ਇੰਨੇ ਪੈਸੇ ਮਿਲਣਗੇ ਟੈਕਸ ਘਟਾ ਕੇ। ਅੱਜ ਦੀ ਵੀਡੀਓ ਵਿੱਚ ਇੰਨੇ, ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ 'ਤੇ, ਟਿਲ ਦੈਨ ਸੀ।